ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਚੈਨਲ 'ਤੇ ਸਵਾਗਤ ਹੈ ਜੀ। ਅਤੇ ਜਿੱਦਾਂ ਕਿ ਵੀਰੇ, ਆਪ ਸਭ ਦੀ ਫਰਮਾਇਸ਼ 'ਤੇ ਜੋ ਅੱਜ ਵੀਡੀਓ ਲੈ ਕੇ ਆਏ ਹਾਂ ਜੀ, ਮੋਰਨੀ ਪੱਗ ਬਲਾਂ ਵਾਲੀ ਪੱਗ ਦੇ ਵਿੱਚ ਜੋ ਮੋਰਨੀ ਪੱਗ ਦੀ ਵੀਡੀਓ ਆ ਲੈ ਕੇ ਆਏ ਹਾਂ ਜੀ। ਪੱਗ ਦੀ ਸ਼ੇਪ ਆ ਮੋਰਨੀ ਪੱਗ ਦੇ ਵਾਂਗ, ਬੰਨਣ ਦਾ ਤਰੀਕਾ ਸ਼ੇਪ ਸਾਰੀ ਮੋਰਨੀ ਸਟਾਈਲ ਦੀ ਆ। ਪੇਚਾਂ ਦੇ ਵਿੱਚ ਜੋ ਕਿ ਬਲ ਪਾਏ ਨੇ, ਪਹਿਲਾ ਲਾੜ ਦੇ ਵਿੱਚ ਬਲ ਪਾ ਕੇ ਅੱਧੀ ਅੱਖ ਅਤੇ ਅੱਧੀ ਗੱਲ ਢੱਕ ਕੇ ਜੋ ਹੈ ਲਗਾ ਦੇਣਾ ਹੈ। ਉਸ ਤੋਂ ਬਾਅਦ ਜੋ ਅਗਲਾ ਲੜ ਹੈ ਉਹਨੂੰ ਕੰਨ ਤੋਂ ਉੱਪਰ ਲਗਾਉਣਾ ਹੈ, ਬਿਲਕੁਲ ਸਿਰ ਦੇ ਬਰਾਬਰ ਉਹਦੀ ਲਗਾ ਕੇ ਚੰਗੀ ਤਰ੍ਹਾਂ ਲੜ ਦੀ ਜੋ ਸੈਟਿੰਗ ਹੈ ਉਹ ਕਰ ਲੈਣੀ ਹੈ। ਲੜ ਨੂੰ ਬਿਲਕੁਲ ਸਾਫ਼ ਨਹੀਂ ਕਰਨਾ, ਇਕੱਲੇ ਇਕੱਲੇ ਲੜ ਨੂੰ ਬਿਲਕੁਲ ਨਾਲ ਨਾਲ ਕਰਕੇ ਬਲ ਪਾ ਕੇ ਦੂਸਰਾ ਲੜ ਹੈ ਉਹ ਲਗਾ ਦੇਣਾ ਹੈ। ਉਸ ਤੋਂ ਬਾਅਦ ਜੋ ਅਗਲਾ ਲੜ ਹੈ ਜੋ ਪਹਿਲਾਂ ਲੜ ਲਗਾਇਆ ਸੀ ਉਹਦੇ ਬਿਲਕੁਲ ਉੱਪਰ ਰੱਖ ਲੈਣਾ ਹੈ, ਉੱਪਰਲੇ ਪਾਸਿਓਂ ਹਲਕਾ ਜਿਹਾ ਮੁੜ ਕੇ, ਅਤੇ ਸੈਂਟਰ ਦੇ ਵਿੱਚ ਜੋ ਬਲ ਪਾਉਣੇ ਨੇ ਲੜ ਨੂੰ ਸਾਰੇ ਨੂੰ ਇਕੱਲਾ ਇਕੱਲਾ ਕਰਕੇ ਇਕੱਠਾ ਕਰ ਲੈਣਾ ਹੈ। ਇਕੱਲੇ ਇਕੱਲੇ ਜੋ ਬਲ ਇਕੱਠੇ ਕੀਤੇ ਨੇ ਉਹਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਹਲਕੇ ਜਿਹੇ ਹੱਥ ਦੇ ਨਾਲ ਘੁੱਟ ਕੇ ਬਿਲਕੁਲ ਸਿੱਧਾ ਜਿਹਾ ਹੀ ਲਗਾ ਦੇਣਾ ਹੈ। ਉੱਪਰ ਜੋ ਨਾਲ ਦੇ ਨਾਲ ਮੋੜਦੇ ਆ ਉਹਦੇ ਨਾਲ ਜੋ ਉੱਪਰਲੀਆਂ ਟਰਨਾਂ ਨੇ ਉਹਨਾਂ ਦੀ ਸਫਾਈ ਆ ਉਹ ਆ ਜਾਂਦੀ ਆ, ਅਤੇ ਉੱਪਰਲੇ ਪਾਸਿਓਂ ਪੇਚਾਂ ਵਾਲੇ ਪਾਸਿਓਂ ਵੀ ਪੇਚ ਨੂੰ ਮੋੜਨਾ ਹੈ। ਜਿਸ ਤਰ੍ਹਾਂ ਵੀਡੀਓ ਦੇ ਵਿੱਚ ਆਪ ਦੇਖ ਰਹੇ ਹੋ, ਅਤੇ ਜਿਨ੍ਹਾਂ ਵੀਰਾਂ ਦੇ ਸੈਂਟਰ ਦੇ ਵਿੱਚੋਂ ਜੋ ਬਲ ਪਾ ਕੇ ਪਾਉਣੇ ਸਟਾਰਟ ਕਰਨ ਉਹ ਢਿੱਲੇ ਰਹਿ ਜਾਂਦੇ ਆ, ਉਹ ਜਿਸ ਤਰ੍ਹਾਂ ਵੀਡੀਓ 'ਚ ਆਵਾਜ਼ ਦੇ ਨਾਲ ਕੀਤਾ ਜਾ ਰਿਹਾ ਸੈਂਟਰ ਦੇ ਵਿੱਚ, ਨਾਲ ਦੇ ਨਾਲ ਆਵਾਜ਼ ਦੇ ਨਾਲ ਉਹਨਾਂ ਨੂੰ ਟਾਈਟ ਕਰ ਸਕਦੇ ਹੋ। ਅਤੇ ਜੋ ਅਗਲਾ ਲੜ ਹੈ ਉਹਨੂੰ ਜੋ ਦੋ ਲੜ ਲੱਗੇ ਸੀ ਉਹਨਾਂ ਦੇ ਬਿਲਕੁਲ ਉੱਪਰ ਲਗਾ ਦੇਣਾ ਹੈ। ਜਿਸ ਤਰ੍ਹਾਂ ਪਟਿਆਲਾ ਸ਼ਾਹੀ ਪੱਗ ਦੇ ਵਿੱਚ ਲੜਾਂ ਵਾਲੇ ਪਾਸੋਂ ਲੜ ਥੱਲੇ ਲੈ ਕੇ ਆਉਣੇ ਆ, ਮੋਰਨੀ ਸ਼ੇਪ ਦੇ ਵਿੱਚ ਬਿਲਕੁਲ ਬਰਾਬਰ ਰੱਖਣੇ ਆ ਸੈਟਿੰਗ ਕਰਕੇ। ਉਸ ਤੋਂ ਬਾਅਦ ਇਕੱਲੇ ਇਕੱਲੇ ਬਲ ਨੂੰ ਬਿਲਕੁਲ ਨਾਲ ਕਰਕੇ ਹਲਕੇ ਜਿਹੇ ਅੰਗੂਠੇ ਦੇ ਨਾਲ ਦੱਬ ਕੇ ਲਗਾ ਦੇਣਾ ਹੈ। ਅਤੇ ਇਧਰਲੇ ਪਾਸਿਓਂ ਜੋ ਤੀਸਰਾ ਲੜ ਲਗਾਇਆ ਸੀ ਉਹਦੇ ਉੱਪਰਲੇ ਪਾਸਿਓਂ ਨਾਲ ਦੀ ਨਾਲ ਜੋ ਹੈ ਲੜ ਨੂੰ ਮੋੜਨਾ ਜ਼ਰੂਰੀ ਆ, ਇਹਦੇ ਨਾਲ ਜੋ ਪੱਗ ਦੀ ਸ਼ੇਪ ਆ ਉਹ ਗਲਾਈ ਦੇ ਵਿੱਚ ਆਵੇਗੀ। ਅਤੇ ਜਿਨ੍ਹਾਂ ਵੀਰਾਂ ਦੀ ਪੱਗ ਮੋਰਨੀ ਬੰਨਦੇ ਆ ਇੱਕ ਪਾਸਾ ਦੱਬ ਜਾਂਦਾ ਜੋ ਜੋ ਕੁਛ ਵੀ ਹੋ ਜਾਂਦਾ, ਉੱਪਰਲੇ ਪਾਸੇ ਨਾਲ ਦੀ ਨਾਲ ਉਹਦੇ ਮੋੜਨ ਦੇ ਨਾਲ ਪੱਗ ਗਲਾਈ ਦੇ ਵਿੱਚ ਆ ਕੇ ਸ਼ੇਪ ਹੈ ਜੋ ਉਹ ਵਧੀਆ ਬਣ ਜਾਵੇਗੀ। ਅਤੇ ਜੋ ਅਗਲਾ ਲੜ ਲਗਾਉਣਾ ਲੜਾਂ ਵਾਲੇ ਪਾਸਿਓਂ ਉਹਨੂੰ ਜੋ ਹੁਣ ਤੱਕ ਲੜ ਲੱਗੇ ਨੇ ਉਹਨਾਂ ਦੇ ਬਿਲਕੁਲ ਨਾਲ ਲਗਾ ਦੇਣਾ ਹੈ। ਉੱਪਰਲੇ ਪਾਸਿਓਂ ਬਿਲਕੁਲ ਨਾਲ ਦੀ ਨਾਲ ਹੀ ਜੋ ਹੱਥ ਦੇ ਨਾਲ ਟਰਨਾਂ ਨੇ ਉਹਨਾਂ ਨੂੰ ਸਾਫ਼ ਕਰ ਲੈਣਾ ਹੈ। ਉਸ ਤੋਂ ਬਾਅਦ ਜੋ ਇਹ ਵਾਲਾ ਲੜ ਹੈ ਇਹਦੇ ਵਿੱਚ ਵੀ ਤੁਸੀਂ ਬਲ ਪਾ ਸਕਦੇ ਹੋ, ਇਹਨੂੰ ਸਾਫ਼ ਵੀ ਲਗਾ ਸਕਦੇ ਹੋ, ਅਤੇ ਡਿਪੈਂਡ ਕਰਦਾ ਤੁਹਾਡੇ 'ਤੇ ਜੀ ਤੁਹਾਨੂੰ ਕਿੱਦਾਂ ਪਸੰਦ ਆ। ਅਤੇ ਇਹ ਲੜ ਦਾ ਕੋਈ ਜ਼ਰੂਰੀ ਨਹੀਂ ਬਲ ਪਾ ਕੇ ਅਤੇ ਤੁਹਾਨੂੰ ਸਹੀ ਲੱਗਦਾ ਤਾਂ ਬਲ ਪਾ ਸਕਦੇ ਹੋ, ਅਤੇ ਇਹਨੂੰ ਸਾਫ਼ ਵੀ ਲਗਾ ਸਕਦੇ ਹੋ ਤਾਂ ਸਾਫ਼ ਲਗਾ ਸਕਦੇ ਹੋ। ਅਤੇ ਲਾਸਟ ਲੜ ਲਗਾਉਣ ਤੋਂ ਪਹਿਲਾਂ ਜੋ ਆਪਾਂ ਉੱਪਰਲੀਆਂ ਜੋ ਟਰਨਾਂ ਨੇ ਉਹਨਾਂ ਨੂੰ ਹਲਕਾ ਹਲਕਾ ਹੱਥ ਦੇ ਨਾਲ ਮੋੜ ਕੇ ਜੋ ਸੈਟਿੰਗ ਕਰ ਲੈਣੀ ਹੈ, ਇਹਦੇ ਨਾਲ ਜੋ ਟਰਨਾਂ ਉੱਪਰਲੀਆਂ ਟਾਈਟ ਹੋ ਜਾਣਗੀਆਂ ਅਤੇ ਸਫਾਈ ਉਹਨਾਂ ਦੀ ਇੱਕੋ ਜਿਹੀ ਆਜੂ, ਅਤੇ ਜੋ ਕਿਹੜਾ ਲੜ ਇੱਕ ਅੱਧਾ ਉੱਚਾ ਨੀਵਾਂ ਹੁੰਦਾ ਉਹ ਸਾਰੇ ਇੱਕੋ ਜਿਹੇ ਫਾਸਲੇ ਦੇ ਨਾਲ ਇੱਕੋ ਜਿਹੇ ਹੋ ਜਾਣਗੇ।
ਜਿਸ ਤਰ੍ਹਾਂ ਕਿ ਆਪ ਵੀਡੀਓ 'ਚ ਦੇਖ ਰਹੇ ਹੋ, ਅਤੇ ਇੱਧਰ ਪਿੱਛੇ ਵਾਲੇ ਪਾਸਿਓਂ ਵੀ ਇਕੱਲਾ ਇਕੱਲਾ ਕਰਕੇ ਜੋ ਹੈ ਉਹ ਉੱਪਰਲੇ ਪਾਸਿਓਂ ਹੱਥ ਦੇ ਨਾਲ ਮੋੜ ਲੈਣਾ ਹੈ। ਇਹਦੇ ਤੋਂ ਬਾਅਦ ਨਵੀਆਂ ਵੀਡੀਓ ਹੋਰ ਅਪਲੋਡ ਜਲਦੀ ਕਰ ਦੇਵਾਂਗੇ। ਅਤੇ ਜਿਨ੍ਹਾਂ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ, ਬੈਲ ਆਈਕਨ ਦਬਾ ਦਿਓ, ਨਵੇਂ ਅਪਡੇਟ ਨੇ ਜੋ ਤੁਹਾਨੂੰ ਮਿਲਦੇ ਰਹਿਣਗੇ। ਅਤੇ ਵਾਲਾਂ ਨੂੰ ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ ਹਲਕੇ ਹਲਕੇ ਹੱਥ ਦੇ ਨਾਲ 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 ਕਰਕੇ ਸੈਟਿੰਗ ਕਰ ਦੇਣੀ ਆ। ਇਹਦੇ ਨਾਲ ਜਿੱਥੇ ਕਿਤੇ ਪੱਗ ਦੇ ਵਿੱਚ ਵਲ ਪਾਉਣੇ ਰਹਿ ਜਾਂਦੇ ਨੇ, ਕਈ ਪੇਚ ਦੇ ਵਿੱਚ ਵਲ ਨਹੀਂ ਪੈਂਦੇ, ਉਹ ਦਿਖਦਾ ਰਹਿ ਜਾਂਦਾ, ਇਸ ਤਰ੍ਹਾਂ ਕਰਨ ਦੇ ਨਾਲ ਉਹ ਸਹੀ ਹੋ ਜਾਵੇਗਾ। ਲਾਸਟ ਲੜ ਲਗਾਉਣ ਤੋਂ ਪਹਿਲਾਂ ਜਿੱਥੇ ਸੈਂਟਰ ਦੇ ਵਿੱਚ ਸਾਰੇ ਲੜ ਆਪਾਂ ਲਗਾਏ ਨੇ, ਉੱਥੇ ਸਭ ਤੋਂ ਪਹਿਲਾਂ ਇੱਕ ਜੋ ਪੱਗ ਪੈਨ ਹੈ ਉਹ ਲਗਾ ਦੇਣਾ ਹੈ। ਉਸ ਤੋਂ ਬਾਅਦ ਲਾਸਟ ਲੜ ਜੋ ਹੈ ਉਹਦੀ ਸੈਟਿੰਗ ਕਰਕੇ ਜੋ ਲਾਸਟ ਲੜ ਆਪਾਂ ਲਗਾ ਦੇਣਾ ਹੈ। ਅਤੇ ਲਾਸਟ ਲੜ ਵੀ ਆਪਣੀ ਤੁਸੀਂ ਚੁਆਇਸ ਦੇ ਹਿਸਾਬ ਨਾਲ ਲਗਾ ਸਕਦੇ ਹੋ, ਇਹਨੂੰ ਤੁਸੀਂ ਬਲਾਂ ਵਾਲਾ ਵੀ ਲਗਾ ਸਕਦੇ ਹੋ, ਜੇਕਰ ਤੁਹਾਨੂੰ ਬਲਾਂ ਵਾਲਾ ਜ਼ਿਆਦਾ ਵਧੀਆ ਲੱਗਦਾ ਜਾਂ ਸੈੱਟ ਆਉਂਦਾ। ਅਤੇ ਜੇਕਰ ਤੁਸੀਂ ਇਹ ਲੜ ਨੂੰ ਸਾਫ਼ ਲਗਾਉਣਾ ਚਾਹੋ ਤਾਂ ਸਾਫ਼ ਵੀ ਲਗਾ ਸਕਦੇ ਹੋ। ਅਤੇ ਜਿੰਨਾ ਲੜ ਪੂਰਾ ਹੋਊ ਛੋਟਾ ਹੋਊਗਾ, ਜਿੰਨਾ ਨੋਰਮਲ ਆਪਾਂ ਨੂੰ ਲੜ ਚਾਹੀਦਾ ਉਨੀ ਜ਼ਿਆਦਾ ਉਹਦੇ ਵਿੱਚ ਜੋ ਸਫਾਈ ਲਿਆਉਣੀ ਆ ਉਹ ਸੌਖੀ ਹੋ ਜਾਂਦੀ ਆ। ਇਸ ਲਈ ਜੋ ਆਪ ਜੀ ਨੂੰ ਸਹੀ ਲੱਗਦਾ ਉਹ ਲੜ ਲਗਾ ਸਕਦੇ ਹੋ, ਬਲਾਂ ਵਾਲਾ ਚਾਹੋ ਤਾਂ ਬਲਾਂ ਵਾਲਾ ਅਤੇ ਸਾਫ਼ ਚਾਹੋ ਸਾਫ਼ ਲਗਾ ਸਕਦੇ ਹੋ। ਪੂਰੀ ਲੜ ਦੀ ਸੈਟਿੰਗ ਕਰਕੇ ਉਸ ਤੋਂ ਬਾਅਦ ਜਿੱਥੇ ਪੱਗ ਪੈਨ ਦੇ ਨਾਲ ਜੋ ਲੜ ਹੈ ਉਹ ਲਗਾ ਦੇਣਾ ਹੈ, ਪੱਗ ਪੈਨ ਦੇ ਬਿਲਕੁਲ ਥੱਲੇ ਲਿਆ ਕੇ ਲੜ ਨੂੰ ਹਲਕਾ ਜਿਹਾ ਬਟਾ ਪਾ ਕੇ ਘੁਮਾ ਦੇਣਾ ਹੈ। ਉਸ ਤੋਂ ਬਾਅਦ ਉੱਪਰਲੇ ਪਾਸੇ ਪੱਗ ਦੀ ਸ਼ੇਪ ਦੇ ਅਕੋਰਡਿੰਗ ਖਿਲਾਰ ਕੇ ਲਗਾ ਦੇਣਾ ਹੈ, ਜਿੰਨਾ ਸੋਹਣਾ ਲੱਗੇ ਉਸ ਹਿਸਾਬ ਨਾਲ ਜੋ ਲੜ ਹੈ ਉਹ ਖਿਲਾਰ ਕੇ ਲਗਾ ਦੇਣਾ ਹੈ। ਉੱਪਰਲੇ ਪਾਸਿਓਂ ਸਭ ਤੋਂ ਪਹਿਲਾਂ ਉਹਨੂੰ ਸੈਂਟਰ ਦੇ ਵਿੱਚ ਦੱਬ ਲੈਣਾ ਹੈ। ਸੈਂਟਰ ਦੇ ਵਿੱਚ ਜਦੋਂ ਉੱਪਰਲੇ ਪਾਸਿਓਂ ਲੱਗ ਗਿਆ ਲੜ, ਉਸ ਤੋਂ ਬਾਅਦ ਜੋ ਬਾਕੀ ਰਹਿ ਜਾਂਦਾ ਹੈ ਉਹਨੂੰ ਸਿਰ ਦੇ ਆਲੇ ਦੁਆਲੇ ਦੀ ਅੰਦਰਲੇ ਪਾਸੇ ਵਿੱਚ ਕਰ ਦੇਣਾ ਹੈ। ਇਹਦੇ ਵਿੱਚ ਪੱਗ ਦਾ ਜੋ ਕੱਪੜੇ ਦੀ ਲੈਂਥ ਹੈ 5.5 ਮੀਟਰ ਆ, ਅਤੇ ਪੱਗ ਦਾ ਜੋ ਕੱਪੜਾ ਫੁੱਲ ਵੈਲ ਵਰਤਿਆ ਗਿਆ। ਪੂਣੀ ਦਾ ਤਰੀਕਾ ਸਾਰੇ ਸਟਾਈਲਾਂ ਦੇ ਵਿੱਚ ਸੇਮ ਵਰਤਿਆ ਜਾਂਦਾ ਜੀ, ਬਿਲਕੁਲ ਸਿੰਪਲ ਪੂਣੀ ਆ, ਜਿਸ ਤਰ੍ਹਾਂ ਕਿ ਆਪਾਂ ਕਰਦੇ ਹਾਂ ਆਪਾਂ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰਕੇ ਸਿੰਪਲ। ਕਈ ਵੀਰ ਤੈਅ ਵਾਲੀ ਪੂਣੀ ਬੰਨਦੇ ਆ, ਰਿਕਾਰਡਿੰਗ ਉਹ ਪੂਣੀ ਇੰਨੀ ਜ਼ਿਆਦਾ ਸਹੀ ਨਹੀਂ ਰਹਿੰਦੀ, ਕਿਉਂਕਿ ਜਿੱਥੇ ਕਿਤੇ ਸ਼ੇਪ ਦੇ ਅਕੋਰਡਿੰਗ ਪੂਣੀ ਆ ਇਹ ਆਪਾਂ ਖੋਲ੍ਹ ਸਕਦੇ ਹਾਂ, ਇਹ ਬੰਨਣੀ ਸੌਖੀ ਆ। ਅਤੇ ਸਿਰ ਢੱਕਣ ਦੇ ਲਈ ਜੋ ਪਹਿਲਾਂ ਲੜ ਲਗਾਇਆ ਸੀ ਸਿਰ ਦੇ ਉੱਪਰੋਂ ਨੂੰ ਖਿੱਚ ਕੇ ਚੰਗੀ ਤਰ੍ਹਾਂ ਖਿਲਾਰ ਕੇ ਉਸ ਤੋਂ ਬਾਅਦ ਬਾਜ ਦੀ ਮਦਦ ਦੇ ਨਾਲ ਜੋ ਹੈ ਅੰਦਰ ਵੱਲ ਨੂੰ ਢੱਕ ਦੇਣਾ ਹੈ ਦੋਨਾਂ ਪਾਸਿਆਂ ਤੋਂ। ਅਤੇ
ਬਾਕੀ ਜੇ ਕੋਈ ਹੋਰ ਸਟਾਈਲ ਦਾ ਹੈ ਆਪ ਜੀ ਕਮੈਂਟ ਕਰਕੇ ਦੱਸ ਸਕਦੇ ਹੋ। ਅਤੇ ਫੇਸਬੁੱਕ ਪੇਜ ਬਣਿਆ ਜੀ ਜਿਸ ਕਾਰਨ ਜੀ ਫੋਨ ਟਰਬਨ ਕਿੰਗ, ਉਹ ਲਾਈਕ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ ਜੀ। ਇੰਸਟਾਗ੍ਰਾਮ 'ਤੇ ਵੀ ਅਕਾਊਂਟ ਆ ਜਿਸ ਕਾਰਨ ਜੀ ਸਿੰਘ ਟਰਬਨ ਕਿੰਗ ਫੋਲੋ ਕਰ ਦਿਓ। ਨਵੇਂ ਨਵੇਂ ਸਟਾਈਲ ਦੀਆਂ ਟਾਈ ਡਿਫਰੈਂਟ ਟਾਈਪ ਦੀਆਂ ਜੋ ਪੱਗਾਂ ਦੀ ਫੋਟੋਆਂ ਰੋਜ਼ ਅਪਲੋਡ ਕੀਤੀਆਂ ਜਾਂਦੀਆਂ ਨੇ ਜੀ। ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਜੀ। ਨਵੀਂ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ।